ਸਤਿ ਸ਼੍ਰੀ ਅਕਾਲ ਜੀ। ਦੇਸ਼ ਪ੍ਰਦੇਸ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ। ਮੈਂ ਤੁਹਾਡਾ ਆਪਣਾ ਦੋਸਤ ਅਮਨ ਹਾਜ਼ਰ ਹਾਂ ਜੀ, ਲੈ ਕੇ ਪ੍ਰੋਗਰਾਮ ਦੇਸ਼ ਪ੍ਰਦੇਸ਼ ਲਾਈਵ, ਜਿਹਦੇ ਵਿੱਚ ਅੱਜ ਮੇਰੇ ਨਾਲ ਮੌਜੂਦ ਨੇ ਸੈਟਲਿੰਗ ਐਬਰੋਡ ਤੋਂ ਗੌਰਵ ਤਲਵਾਰ ਜੀ। ਪਹਿਲੇ ਸਵਾਗਤ ਕਰਦੀ ਉਹਨਾਂ ਦਾ। ਗੌਰਵ ਜੀ ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਦਰਸ਼ਕੋ। ਸੋ ਅੱਜ ਗੌਰਵ ਜੀ ਸਾਡੇ ਨਾਲ ਨੇ ਜੀ, ਗੱਲ ਕਰਾਂਗੇ ਜਿਹੜੇ ਬੱਚੇ USA ਅਪਲਾਈ ਕਰਨਾ ਚਾਹੁੰਦੇ ਨੇ ਉਹਨਾਂ ਬਾਰੇ, ਜਿਹੜੇ ਨਿਊਜ਼ੀਲੈਂਡ ਜਾਣਾ ਚਾਹੁੰਦੇ ਨੇ ਉਹਨਾਂ ਬਾਰੇ, ਅਤੇ ਜਿਹੜੇ ਵਿਦਾਊਟ ਆਇਲਸ ਜੇ ਖਾਸ ਕਰ ਸਿੰਗਾਪੁਰ ਦੀ ਗੱਲ ਕਰੀਏ ਉੱਥੇ ਜਾਣਾ ਚਾਹੁੰਦੇ ਨੇ ਉਹਨਾਂ ਬਾਰੇ ਸਾਰੀ ਗੱਲਬਾਤ ਕੀਤੀ ਜਾਏਗੀ। ਕੋਈ ਮਨ ਦੇ ਵਿੱਚ ਡਾਊਟ, ਕੋਈ ਕਨਫਿਊਜ਼ਨ, ਕੋਈ ਐਸੀ ਚੀਜ਼ ਰਹਿ ਜਾਂਦੀ ਹੈ ਜੋ ਅਸੀਂ ਨਹੀਂ ਸਾਂਝਾ ਕਰ ਪਾ ਰਹੇ ਆਪਣੇ ਐਕਸਪਰਟ ਦੇ ਨਾਲ, ਤੁਸੀਂ ਡਾਇਰੈਕਟ ਵੀ ਇਹਨਾਂ ਦੇ ਨੰਬਰਾਂ 'ਤੇ ਕਾਲ ਕਰਕੇ ਰਾਬਤਾ ਜਿਹੜਾ ਉਹ ਕਾਇਮ ਕਰ ਸਕਦੇ ਹੋ। ਸ਼ੁਰੂਆਤ ਮੈਂ ਕਰਨਾ ਚਾਹੁੰਦਾ USA ਤੋਂ, ਕਿਉਂਕਿ ਅੱਜ ਐਡਵਰਟਾਈਜ਼ਮੈਂਟ ਦੇ ਵਿੱਚ ਕਰੇਜ਼ ਬਹੁਤ ਦੇਖਿਆ ਜਾ ਰਿਹਾ ਹੈ, ਉਹਦੇ ਜ਼ਰੀਏ ਕਾਫੀ ਜ਼ਿਆਦਾ ਕੁਐਰੀਜ਼ ਨੇ। ਈਵਨ ਕਿਤੇ ਨੋਰਮਲੀ ਵੀ ਬੰਦਾ ਮਿਲਦਾ, ਪਹਿਲੀ ਗੱਲ USA ਦੀ ਕਰਦਾ ਵੀ USA ਦੇ ਵੀਜ਼ੇ ਖੁੱਲ੍ਹ ਗਏ ਸਰ, ਅਸੀਂ ਇਹ ਐਡ ਦੇ ਵਿੱਚ ਦੇਖਿਆ ਜਾਂ ਸੁਣਿਆ। ਪਹਿਲੇ ਤਾਂ ਗੌਰਵ ਜੀ ਤੋਂ ਹੀ ਪੁੱਛ ਲਈਏ, ਕਿਉਂਕਿ ਉਹ ਕਾਫੀ ਦੇਰ ਤੋਂ ਡੀਲ ਕਰਦੇ ਹੁੰਦੇ ਨੇ, ਖੁੱਲ੍ਹ ਗਏ ਨੇ ਜੀ ਵੀਜ਼ੇ, ਕੀ ਹੁੰਦਾ ਇਹ? ਨਹੀਂ, ਐਸਾ ਕੁਛ ਨਹੀਂ ਅਮਨ ਜੀ, USA ਸ਼ੁਰੂ ਤੋਂ ਹੀ ਵੀਜ਼ਾ ਪ੍ਰੋਵਾਈਡ ਕਰ ਰਿਹਾ। ਕੈਟੇਗਰੀ F1 ਦਾ ਵੀਜ਼ਾ ਮਿਲਦਾ, ਬੱਚਿਆਂ ਨੂੰ 5 ਸਾਲ ਦੇ ਡੋਰੇਸ਼ਨ ਦਾ ਵੀਜ਼ਾ ਮਿਲਦਾ। ਬਟ ਇਹਦੇ 'ਚ ਖਾਸ ਕੀ ਹੈ ਕਿ ਟੋਟਲੀ ਵੀਜ਼ਾ ਤੁਹਾਡੀ ਲਿੱਤੀ ਹੋਈ ਐਡਮਿਸ਼ਨ, ਅਤੇ ਦੂਜੀ ਚੀਜ਼ ਤੁਹਾਡੇ ਦਿੱਤੀ ਹੋਈ ਇੰਟਰਵਿਊ ਬੇਸਡ ਆ। ਤੁਸੀਂ ਕਿਸ ਤਰ੍ਹਾਂ ਦੀ ਪ੍ਰਿਪਰੇਸ਼ਨ ਕਰਦੇ ਹੋ, ਤੁਹਾਡੇ ਫੰਡਸ ਦੇ ਕੀ ਸੋਰਸ ਰਹਿੰਦੇ ਨੇ, ਔਰ ਤੁਹਾਡਾ ਲੈਂਗੁਏਜ 'ਤੇ ਕਿੰਨਾ ਕੁ ਕੰਟਰੋਲ ਆ। ਕਿ ਇੰਗਲਿਸ਼ ਵਿਦਾਊਟ ILTS ਤੁਹਾਡੀ I20 ਤਾਂ ਜ਼ਰੂਰ ਆ ਜਾਂਦੀ ਹੈ, ਬਟ ਵਿਦਾਊਟ ਇੰਗਲਿਸ਼ ਔਰ ਇੰਗਲਿਸ਼ ਅੱਛੇ ਲੈਵਲ ਦੀ ਅਗਰ ਤੁਹਾਨੂੰ ਨਹੀਂ ਆਉਂਦੀ, ਤਾਂ ਕਿਤੇ ਨਾ ਕਿਤੇ ਤੁਹਾਡਾ ਵੀਜ਼ਾ ਆਉਣਾ ਬਹੁਤ ਮੁਸ਼ਕਿਲ ਆ। ਪਰ ਉਹ ਕਾਫੀ ਭੁਲੇਖੇ ਇਹ ਵੀ ਪਾਏ ਜਾਂਦੇ ਨੇ ਵੀ ਸੈਟ ਕਰੋ ਜੀ, ਫਿਰ ਜਿਹੜਾ ਚੰਗੀ ਐਡਮਿਸ਼ਨ ਮਿਲੇਗੀ ਯੂਨੀਵਰਸਿਟੀ ਦੇ ਵਿੱਚ, ਤਾਂ ਜਾ ਕੇ ਤੁਹਾਨੂੰ ਵੀਜ਼ਾ ਮਿਲ ਸਕਦਾ, ਟੋਫਲ ਕਰੋ ਤਾਂ ਮਿਲੇਗਾ, ਵਿਦਾਊਟ ਆਇਲਸ ਨਹੀਂ ਮਿਲੇਗਾ। ਕੁਛ ਕਹਿੰਦੇ ਵਿਦਾਊਟ ਆਇਲਸ ਮਿਲੇਗਾ, ਇਹ ਸਮਝ ਨਹੀਂ ਆ ਰਿਹਾ ਬੇਸਿਕਲੀ ਇਹਨੂੰ। ਦੇਖੋ, US ਦੇ ਵਿੱਚ ਹਰ ਯੂਨੀਵਰਸਿਟੀਜ਼ ਦੀ ਹਰ ਕੋਰਸ ਦੀ ਆਪਣੀ ਰਿਕੁਆਇਰਮੈਂਟ ਅਲੱਗ ਆ। ਕੁਛ ਜੋ ਮੈਥ ਨਾਲ ਰਿਲੇਟਡ ਨੇ ਕੋਰਸਿਸ, ਉਹਦੇ 'ਚ ਤੁਹਾਨੂੰ ਸੈਟ ਅਤੇ ਮੈਟ ਟੈਸਟ ਦੇਣਾ ਪਏਗਾ, ਇਹ ਐਪਟੀਟਿਊਡ ਟੈਸਟ ਹੈ। ਕੱਲ੍ਹ ਨੂੰ ਤੁਸੀਂ ਜਿਸ ਯੂਨੀਵਰਸਿਟੀ ਦੀ $24,000 ਫੀਸ ਹੈ, $30,000 ਫੀਸ ਹੈ, ਉਸ ਫੀਸ ਨੂੰ ਅਗਰ ਤੁਸੀਂ ਕਟਾਉਣਾ ਚਾਹੁੰਦੇ ਹੋ, ਸਕਾਲਰਸ਼ਿਪ ਲੈਣਾ ਚਾਹੁੰਦੇ ਹੋ, ਤਾਂ ਤੁਹਾਨੂੰ ਸੈਟ ਅਤੇ ਮੈਟ ਟੈਸਟ ਦੇਣਾ ਪਏਗਾ। ਟੋਫਲ ਅਤੇ ਆਇਲਸ ਤੁਹਾਡੀ ਲੈਂਗੁਏਜ ਟੈਸਟ ਹੈ। ਉੱਥੇ ਕਈ ਰਿਨਾਊਂਡ ਯੂਨੀਵਰਸਿਟੀਜ਼ ਨੇ, ਰਿਨਾਊਂਡ ਕਮਿਊਨਿਟੀ ਕਾਲਜਿਸ ਨੇ, ਜੋ ਵਿਦਾਊਟ ਆਇਲਸ ਔਰ ਟੋਫਲ ਜੋ ਹੈ ਉਹ ਬੱਚਿਆਂ ਨੂੰ ਐਡਮਿਸ਼ਨਸ ਨਹੀਂ ਦਿੰਦੇ, I20 ਇਸ਼ੂ ਨਹੀਂ ਕਰਦੇ। ਔਰ ਇਹ ਖਾਸ ਕਰ ਜ਼ਰੂਰੀ ਹੈ, ਜ਼ਿਆਦਾਤਰ ਤੁਹਾਨੂੰ ਆਇਲਸ 'ਤੇ, ਅਗਰ ਤੁਸੀਂ ਜਿੰਨੇ ਵੀ ਇਹ ਟੈਸਟ ਨੇ, ਇਹ ਡਿਪੈਂਡ ਕਰਨਗੇ ਕਿ ਤੁਸੀਂ ਕੀ ਪੜ੍ਹੇ ਹੋਏ ਹੋ, ਤੁਸੀਂ ਕਿਹੜਾ ਕੋਰਸ ਚੂਜ਼ ਕਰਨਾ ਚਾਹੁੰਦੇ ਹੋ, ਉਸ ਕੋਰਸ, ਉਸ ਯੂਨੀਵਰਸਿਟੀ ਦੀ ਬੇਸਿਕ ਰਿਕੁਆਇਰਮੈਂਟ ਕੀ ਹੈ। ਜੋ ਵੀ ਬੰਦਾ ਤੁਹਾਨੂੰ ਕਹਿੰਦਾ ਕਿ ਦੇਖੋ, ਕੰਟਰਾਡਿਕਟ ਹੋਣ ਦੀ ਜ਼ਰੂਰਤ ਨਹੀਂ ਜਾਂ ਪਜ਼ਲ ਹੋਣ ਦੀ ਜ਼ਰੂਰਤ ਨਹੀਂ, ਅਗਰ ਤੁਸੀਂ ਆਇਲਸ ਕਰਦੇ ਹੋ ਜਾਂ ਟੋਫਲ ਕਰਦੇ ਹੋ, ਇਹ ਤੁਹਾਡੇ ਲਈ ਹਮੇਸ਼ਾ ਬੈਟਰ ਰਹਿਣਾ ਹੀ ਰਹਿਣਾ ਹੈ, ਅਨਬੈਟਰ ਨਹੀਂ ਹੋ ਸਕਦਾ। ਔਰ ਅਗਰ ਤੁਸੀਂ ਆਇਲਸ ਜਾਂ ਟੋਫਲ ਬਿਲਕੁਲ ਨਹੀਂ ਕਰ ਸਕਦੇ, ਇੰਗਲਿਸ਼ 'ਤੇ ਕਮਾਂਡ ਨਹੀਂ ਹੈ, ਤਾਂ ਫਿਰ ਕਿਸ ਤਰ੍ਹਾਂ ਉੱਥੇ ਜਾ ਕੇ ਸਟੱਡੀ ਵੀਜ਼ਾ ਦੀ ਤੁਸੀਂ ਇੰਟਰਵਿਊ ਪਰ ਦਿਓਗੇ, ਔਰ ਇੰਗਲਿਸ਼ ਵਿੱਚ ਕਿੱਦਾਂ ਬੋਲੋਗੇ? ਕਰੋ ਜੀ, ਤੁਸੀਂ ਬੜੀ ਵਧੀਆ ਗੱਲ ਕੀਤੀ ਹੈ ਵੀ ਜਿਹੜਾ ਇੰਗਲਿਸ਼ ਦੇ ਟੈਸਟ ਨਹੀਂ ਦੇ ਸਕਦਾ ਉਹ ਇੰਟਰਵਿਊ ਕਿਵੇਂ ਪਾਸ ਕਰੇਗਾ, ਕਿਉਂਕਿ ਇਟ ਮੀਨਸ ਉਹ ਕੰਫੀਡੈਂਟ ਨਹੀਂ ਹੈ ਆਪਣੇ ਆਪ ਦੇ ਵਿੱਚ। ਬਟ ਕਾਫੀ ਜਿਵੇਂ ਹੁਣ ਵਿਦਾਊਟ ਆਇਲਸ ਦੇ ਨਾਲੇਜ ਦੇ ਵਿੱਚ ਅਪਲਾਈ ਹੋ ਰਿਹਾ। ਬਿਲਕੁਲ, ਮੈਂ ਸਿਰਫ ਇਹ ਪਹਿਲੇ ਸਵਾਲ ਕਰਕੇ ਸ਼ੁਰੂ ਕਰਨਾ ਚਾਹੁੰਦਾ, ਜਿਹੜੇ I20 ਮੰਗਾ ਲੈਂਦੇ ਨੇ ਵਿਦਾਊਟ ਆਇਲਸ, ਬਿਲਕੁਲ ਕਿਸੇ ਵੀ ਤੋਂ ਮੰਗਾ ਲਿਆ ਜੀ ਵਿਦਾਊਟ ਆਇਲਸ, ਆ ਲਓ ਜੀ I20 ਕਾਲਜ ਤੋਂ ਆ ਗਈ, 2 ਤੋਂ ਆ ਗਈ, ਉਸ ਤੋਂ ਬਾਅਦ ਅੰਬੈਸੀ ਲਾਤੀ, ਰਿਜੈਕਸ਼ਨ ਵੀ ਲੱਗੀਆਂ ਕਈ, ਬਿਲਕੁਲ ਕਿੰਨਾ ਕੁ ਨੁਕਸਾਨ ਹੁੰਦਾ ਪੈਸੇ ਦਾ? ਦੇਖੋ, ਬੇਸਿਕਲੀ ਬੱਚੇ ਦਾ ਪੈਸਾ ਜੋ ਇੱਕ ਸੈਕੰਡਰੀ ਥਿੰਗ ਹੈ, ਬੱਚੇ ਦਾ ਜੋ 6 ਮਹੀਨੇ 8 ਮਹੀਨੇ ਦਾ ਨੁਕਸਾਨ ਹੋ ਜਾਂਦਾ ਉਹ ਫਸਟ ਥਿੰਗ ਹੈ। ਦੂਜੀ ਚੀਜ਼, ਪੈਸੇ ਦਾ ਨੁਕਸਾਨ ਹੋ ਰਿਹਾ ਜੋ ਰਜਿਸਟ੍ਰੇਸ਼ਨ ਫੀਸ ਪੇ ਕਰ ਰਿਹਾ ਜਾਂ ਜੋ I20 ਦੀ ਫੀਸ ਪੇ ਕਰ ਰਿਹਾ ਜਾਂ ਸੈਵੀ ਫੀਸ ਪੇ ਕਰ ਰਿਹਾ, ਐਮਬੈਸੀ ਫੀਸ ਪੇ ਕਰ ਰਿਹਾ, ਫੰਡਸ ਕਿੱਥੋਂ ਨਾ ਕਿੱਥੋਂ ਚੱਕ ਕੇ ਪਵਾ ਰਿਹਾ ਜਾਂ ਫੰਡਸ ਲੋਨ ਲੈਟਰ ਕਰਨ ਦੇ ਪੈਸੇ ਦੇ ਰਿਹਾ, ਉਹ ਸਾਰੀ ਚੀਜ਼ਾਂ ਦਾ ਉਸਦਾ ਨੁਕਸਾਨ ਹੀ ਹੈ। ਔਰ ਇਹ ਚੀਜ਼ ਤੁਹਾਨੂੰ ਖੁਦ ਆਪਣੇ ਆਪ ਨੂੰ ਆਪਣੇ ਲਈ ਮੇਜ਼ਰਮੈਂਟ ਕਰ ਲੈਣੀ ਚਾਹੀਦੀ ਜਾਂ ਮਈਅਰ ਕਰ ਲੈਣੀ ਚਾਹੀਦੀ ਹੈ ਕੀ ਮੈਂ ਇੰਗਲਿਸ਼ ਦੇ ਵਿੱਚ 5 ਤੋਂ 7 ਮਿੰਟ ਲਗਾਤਾਰ ਗੱਲ ਕਰ ਸਕਦਾ, ਕੀ ਮੈਂ ਹਰ ਕੁਐਸਚਨ ਦਾ ਜਵਾਬ ਇੰਗਲਿਸ਼ ਸਮਝ ਕੇ ਇੰਗਲਿਸ਼ ਵਿੱਚ ਦੇ ਸਕਦਾ। ਅਗਰ ਇਹ ਕੁਛ ਚੀਜ਼ਾਂ ਕੀ ਪੁਆਇੰਟਸ ਤੁਸੀਂ ਕਲੀਅਰ ਕਰ ਸਕਦੇ ਹੋ, ਫਿਰ ਆਇਲਸ ਜਾਂ ਵਿਦਾਊਟ ਆਇਲਸ ਦਾ ਕੋਈ ਮੈਟਰ ਨਹੀਂ ਰਹਿ ਜਾਂਦਾ। ਔਰ ਜੋ ਬੱਚਾ 5-7 ਮਿੰਟ ਲਗਾਤਾਰ ਇੰਗਲਿਸ਼ ਵਿੱਚ ਬੋਲ ਸਕਦਾ, ਮੈਨੂੰ ਲੱਗਦਾ ਨਹੀਂ ਕਿ ਉਹਦੇ ਲਈ ਟੋਫਲ ਜਾਂ ਆਇਲਸ ਵੀ ਕੋਈ ਇੱਕ ਬਹੁਤ ਵੱਡੀ ਗੱਲ ਹੋਏਗੀ। ਉਹ ਬੱਚੇ ਆਇਲਸ ਜਾਂ ਟੋਫਲ ਵੀ ਕਰਕੇ ਜੋ ਬੇਸਿਕ ਰਿਕੁਆਇਰਮੈਂਟਸ ਉਹ ਪੂਰੀ ਕਰਦੇ ਨੇ ਔਰ ਵੀਜ਼ਾ ਲੈਂਦੇ। ਜਿੰਨੇ ਕੁ ਅਪਲਾਈ ਹੋ ਰਹੇ ਨੇ ਜਾਂ ਜਿੰਨੇ ਕੁ ਰੇਸ਼ੋ ਦੇ ਵਿੱਚ ਕੁਐਰੀਜ਼ ਆ ਰਹੀਆਂ ਨੇ, ਕਿੰਨੇ ਕੁ ਪਰਸਨ ਨੇ ਜਿੰਨਾ ਕੁ ਵੀਜ਼ਾ ਲੱਗ ਸਕਦਾ?
ਦੇਖੋ ਕੁਐਰੀਸ ਤਾਂ ਇਹਨੂੰ ਲਾਈਕ ਸਿੰਗਾਪੁਰ ਬਣਾ ਦਿੱਤਾ ਗਿਆ, ਜਿਹਨੇ ਕਿੱਥੇ ਜੋ ਕਿੱਥੇ ਵੀ ਨਹੀਂ ਜਾ ਸਕਦਾ ਉਹ ਯੂ ਐੱਸ ਅਪਲਾਈ ਕਰਦੇ, ਕੋਈ 5 ਸਾਲ ਦਾ ਗੈਪ, ਕੋਈ 7 ਸਾਲ ਦਾ ਗੈਪ, ਕੋਈ 45% ਨੰਬਰ, ਆਇਲਸ ਨਹੀਂ ਆਉਂਦਾ, ਇੰਗਲਿਸ਼ ਸਪੀਕਿੰਗ ਨਹੀਂ ਹੈ, ਉਹ ਖੁਦ ਟਰਾਈ ਕਰਦੇ ਨੇ ਕਿ ਸਾਡਾ ਯੂ ਐੱਸ ਏ ਲੱਗ ਜਾਵੇ, ਉਹ ਨਹੀਂ ਲੱਗ ਸਕਦਾ ਕਿਉਂਕਿ ਯੂ ਐੱਸ ਏ ਮਦਰਲੈਂਡ ਆਫ ਇੰਗਲਿਸ਼ ਹੈ, ਉਹ ਪਹਿਲੇ ਤਾਂ ਅਸੀਂ ਬ੍ਰਿਟਿਸ਼ ਐਕਸੈਂਟ ਬੋਲਦੇ ਹਾਂ, ਉਹਨਾਂ ਦਾ ਐਕਸੈਂਟ ਹੀ ਬਿਲਕੁਲ ਡਿਫਰੈਂਸ ਹੈ ਜੋ ਤੁਸੀਂ ਉਹਨਾਂ ਦੀ ਇੰਗਲਿਸ਼ ਸੁਣਦੇ ਹੋ। ਔਰ ਦੂਜੀ ਚੀਜ਼, ਅਗਰ ਤੁਸੀਂ ਵਿਦਾਊਟ ਆਇਲਟਸ ਵੀਜ਼ਾ ਲੈ ਵੀ ਲਿੱਤਾ ਤਾਂ ਤੁਸੀਂ ਕਲਾਸਰੂਮ ਦੇ ਵਿੱਚ ਬਹਿ ਕੇ ਕਲਾਸ ਦਾ ਲੈਕਚਰ ਵੀ ਕਿੱਦਾਂ ਸਮਝੋਗੇ, ਕੀ ਕਰੋਗੇ? ਇਹ ਸਾਰੀ ਚੀਜ਼ਾਂ ਵੀਜ਼ਾ ਅਫਸਰ ਵੀ ਸੋਚਦਾ ਹੈ ਕਿ ਇਸ ਬੱਚੇ ਨੂੰ ਵੀਜ਼ਾ ਦੇਣ ਤੋਂ ਪਹਿਲੇ ਕੀ ਇਹ ਉਸ ਕਲਾਸ ਦੇ ਵਿੱਚ ਬਹਿ ਕੇ ਕਲਾਸ ਦੇ ਲੈਕਚਰ ਵੀ ਸਮਝ ਸਕਦਾ ਕਿ ਨਹੀਂ, ਜਾਂ ਸਿਰਫ ਇਹ ਇੱਥੋਂ ਵੀਜ਼ਾ ਲੈਣ ਦਾ ਇਹਦਾ ਭਾਣਾ ਜਾ ਕੇ ਸਿਰਫ ਇਹ ਉੱਥੇ ਸਿਰਫ ਕੰਮ ਹੀ ਕਰੂਗਾ। ਇਹ ਡਿਪੈਂਡ ਕਰਦਾ ਹੈ ਕਿ ਤੁਸੀਂ ਕਿੰਨੇ ਕੁ ਸੀਰੀਅਸ ਹੋ। ਅਗਰ ਤੁਸੀਂ ਇੱਥੇ ਹੀ ਨਹੀਂ ਸੀਰੀਅਸ ਰਹਿ ਪਾਏ ਆਪਣੀ ਸਟੱਡੀਜ਼ ਦੇ ਵਿੱਚ, ਤਾਂ ਸੱਤ ਸਮੁੰਦਰ ਪਾਰ ਜਾ ਕੇ ਤੁਸੀਂ ਕਿੱਦਾਂ ਸੀਰੀਅਸ ਹੋ ਗਏ ਆਪਣੀ ਸਟੱਡੀ ਦੇ ਵਿੱਚ? ਇਹ ਸਮਝਾਉਣਾ ਕਿਤੇ ਨਾ ਕਿਤੇ ਔਖਾ ਹੈ ਆਪਣੇ ਲਈ ਵੀ ਅਤੇ ਵੀਜ਼ਾ ਅਫਸਰਸ ਲਈ ਵੀ। ਅਸੀਂ ਹਰ ਵਾਰੀ ਗੱਲ ਕਰਦੇ ਹਾਂ ਵੀ ਪ੍ਰੋਫਾਈਲ ਕੀ ਹੋਣੀ ਚਾਹੀਦੀ ਹੈ ਜਿਹਨੂੰ ਵੀਜ਼ਾ ਮਿਲਦਾ। ਬਿਲਕੁਲ ਕੰਪੈਰੀਟਿਵਲੀ ਜੇ ਦੇਖੀਏ ਸਾਊਥ ਜਿਹੜੇ ਸਟੂਡੈਂਟ ਨੇ ਉਹਨਾਂ ਦੇ ਵੀਜ਼ਾ ਜ਼ਿਆਦਾ ਲੱਗਦੇ ਨੇ ਆਪਣੇ ਨਾਲੋਂ। ਠੀਕ ਹੈ, ਰਿਜੈਕਸ਼ਨਸ ਉੱਥੇ ਵੀ ਆਉਂਦੀਆਂ ਹੋਣੀਆਂ, ਅਸੀਂ ਨਹੀਂ ਕਹਿੰਦੇ ਰਿਜੈਕਸ਼ਨ ਨਹੀਂ ਆਉਂਦੀ। ਬਿਲਕੁਲ, ਬਟ ਜੋ ਰਿਜੈਕਸ਼ਨ ਰੇਟ ਆਪਣਾ ਨੌਰਥ ਦਾ, ਖਾਸ ਕਰ ਪੰਜਾਬ ਦਾ, ਇੰਨਾ ਅਮਰੀਕਾ ਕਿਸੇ ਦਾ ਵੀ ਨਹੀਂ ਯੂ ਐੱਸ ਦੀ ਗੱਲ ਕਰੀਏ, ਇਹਦਾ ਕਾਰਨ ਕੀ ਹੈ? ਦੇਖੋ ਸਰ, ਉੱਥੇ ਨਾ ਜੋ ਸਟੂਡੈਂਟ ਉਹ ਅਵੇਅਰ ਆ, ਸਟੂਡੈਂਟ ਨੂੰ ਇਹ ਗੱਲ ਪਤਾ ਕਿ ਸਟੂਡੈਂਟ ਚੰਗਾ ਹੈ ਕਿ ਕੰਸਲਟੈਂਟ ਚੰਗੇ। ਦੇਖੋ ਕੰਸਲਟੈਂਟ ਵੀ ਚੰਗੇ ਨੇ, ਸਟੂਡੈਂਟ ਚੰਗੇ ਨੇ, ਕੰਸਲਟੈਂਟ ਪੰਜਾਬ ਦੇ ਵਿੱਚ ਵੀ ਮਾੜੇ ਨੇ। ਪ੍ਰੋਬਲਮ ਕੀ ਚੱਕਰ ਹੈ ਕਿ ਅਸੀਂ ਅਗਰ ਇੱਕ ਸਟੂਡੈਂਟ ਨੂੰ ਸਮਝਾ ਦਿੰਦੇ ਹਾਂ ਕਿ ਯਾਰ ਤੇਰਾ ਇਸ ਕੰਟਰੀ ਵਿੱਚ ਨਹੀਂ ਹੋ ਸਕਦਾ, ਇਸ ਵਿੱਚ ਹੋ ਸਕਦਾ, ਉਹ ਕਿਤੇ ਨਾ ਕਿਤੇ ਇਹ ਵਿਊ ਲੈ ਕੇ ਸਾਡੇ ਸਾਹਮਣੇ ਬਹਿੰਦਾ ਕਿ ਨਹੀਂ ਨਹੀਂ ਇਹਨਾਂ ਦਾ ਟਾਈਅਪ ਨਹੀਂ ਹੋਣਾ ਇੱਥੇ, ਇਹਨਾਂ ਨੂੰ ਪੈਸੇ ਸ਼ਾਇਦ, ਅਸੀਂ ਕਿਸੇ ਨੂੰ ਕਹਿੰਦੇ ਹਾਂ ਤੇਰਾ ਤੂੰ ਯੂ ਐੱਸ ਏ ਨਹੀਂ ਜਾ ਸਕਦਾ, ਮਾਲਟਾ ਜਾ ਸਕਦਾ, ਸਿੰਗਾਪੁਰ ਜਾ ਸਕਦਾ, ਫਿਰ ਉਹਦਾ ਵਿਊ ਆਊਟ ਚੇਂਜ ਹੋ ਜਾਂਦਾ ਸਾਡੇ ਬਾਰੇ। ਉਹ ਸੋਚਦਾ ਕਿ ਨਹੀਂ ਐਕਸਪਰਟ ਨਹੀਂ ਹੈਗੇ, ਮੈਨੂੰ ਉਹ ਬੰਦਾ ਐਕਸਪਰਟ ਲੱਗ ਰਿਹਾ, ਇਹ ਤਾਂ ਸਿਰਫ ਇਹਨਾਂ ਦਾ ਟਾਈਅਪ ਸਿੰਗਾਪੁਰ ਜਾਂ ਉੱਥੇ ਹੈ, ਅਤੇ ਤਾਂ ਇਹ ਮੈਨੂੰ ਸਿਰਫ ਕਹਿ ਰਿਹਾ ਕਿ ਤੁਸੀਂ ਉੱਥੇ ਚੱਲ ਜਾਓ। ਗੌਰਵ ਜੀ, ਜੋ ਕਈ ਵਾਰੀ ਫੀਡਬੈਕ ਮਿਲਦੀ ਹੈ, ਪਤਾ ਲੱਗਦਾ ਮਾਰਕੀਟ ਦੇ ਵਿੱਚ ਨਿਕਲ ਰਹੀ ਹੈ, ਗੱਲਬਾਤ ਕਰਦੇ, ਕਾਫੀ ਚੀਜ਼ਾਂ ਇਹ ਵੀ ਹੋ ਰਹੀਆਂ ਨੇ ਜਾਣ ਕੇ ਸਟੂਡੈਂਟ ਨੂੰ ਵੀ ਪਤਾ ਹੁੰਦਾ ਮੈਂ ਨਹੀਂ ਜਾ ਸਕਦਾ, ਕੰਸਲਟੈਂਟ ਨੂੰ ਵੀ ਪਤਾ ਹੁੰਦਾ, ਅਪਲਾਈ ਕਰਾ ਕੇ ਕੰਸਲਟੈਂਟ ਰਿਜੈਕਸ਼ਨ ਲਵਾ ਕੇ ਫਿਰ ਉਹਨੂੰ ਕਹਿੰਦੇ ਨੇ ਹੁਣ ਸਿੰਗਾਪੁਰ ਚੱਲ ਜਾ, ਉਹ ਸਟੂਡੈਂਟ ਵੀ ਮੰਨ ਜਾਂਦਾ। ਹੋ ਰਿਹਾ ਇਹ ਤੁਹਾਡੇ ਤੱਕ ਵੀ ਆਉਂਦੀ ਹੋਣੀਆਂ ਚੀਜ਼ਾਂ? ਬਿਲਕੁਲ। ਅੱਛਾ, ਉਸੇ ਕੰਸਲਟੈਂਟ ਦੇ ਥਰੂ ਨਹੀਂ ਜਾਂਦਾ, ਚਾਹੇ ਕਿਸੇ ਹੋਰ ਦੇ ਥਰੂ ਚਲਾ ਜਾਂਦਾ, ਜਾਂਦਾ ਸਿੰਗਾਪੁਰ ਹੀ ਹੈ ਫਿਰ। ਯਾਨੀ ਬੇਸਿਕਲੀ ਕਹਿਣ ਦਾ ਮਕਸਦ ਇਹ ਹੈ ਕਿ ਤੁਸੀਂ ਪਹਿਲਾਂ ਸਮਝਾ ਰਿਹਾ ਸਹੀ, ਉਹਨੂੰ ਸਮਝਣਾ ਨਹੀਂ। ਔਰ ਪ੍ਰੋਬਲਮ ਇਹ ਹੈ ਕਿ ਤੁਸੀਂ ਅਵੇਅਰਨੈਸ ਦਾ ਯੁੱਗ ਹੈ, ਗੂਗਲ ਤੁਹਾਡੇ ਕੋਲ ਆ, ਤੁਸੀਂ ਚੈੱਕ ਕਰ ਸਕਦੇ ਹੋ ਕਿ ਮੈਨੂੰ ਕੋਰਸ ਕੰਟੈਂਟਸ, ਈਵਨ ਬੱਚੇ ਜਿਸ ਚੀਜ਼ ਦੀ I-20 ਲੈਂਦੇ ਨੇ ਉਸ I-20 ਦੇ ਵਿੱਚ ਤਕਰੀਬਨ ਤੁਹਾਡੇ ਜਿਸ ਕੌਂਸਲਰ ਕੋਲ ਤੁਸੀਂ ਅਪਲਾਈ ਕਰਦੇ ਹੋ ਉਹਨੂੰ ਇਹ ਵੀ ਨਹੀਂ ਪਤਾ ਕਿ ਇਸ ਦੇ ਵਿੱਚ ਕੰਟੈਂਟਸ ਕੀ ਨੇ, ਮੈਨੂੰ ਉੱਥੇ ਕੀ ਪੜ੍ਹਾਇਆ ਜਾਏਗਾ। ਲਾਈਕ ਇੱਕ ਬੱਚੇ ਨੂੰ ਜਰਨਲ ਇੰਜੀਨੀਅਰਿੰਗ ਦਾ ਕੋਰਸ ਮਿਲ ਗਿਆ, ਅਤੇ ਉਹ ਬੱਚਾ ਬੰਦਾ ਮੈਨੂੰ ਫੋਨ ਆਇਆ ਸ਼ੋਅ ਦੇਖ ਕੇ, ਭਾਈ ਜਰਨਲ ਇੰਜੀਨੀਅਰਿੰਗ ਵਿੱਚ ਕੰਟੈਂਟਸ ਕੀ ਹੋਣਗੇ? ਅਤੇ ਮੈਂ ਬਹੁਤ ਦੱਸਿਆ ਕਿ ਯਾਰ ਜੇ ਤੈਨੂੰ ਆਪਣੇ ਕੋਰਸ ਦੇ ਕੰਟੈਂਟਸ ਹੀ ਨਹੀਂ ਪਤਾ, ਅਤੇ ਤੂੰ ਕਿਸ ਤਰ੍ਹਾਂ ਵੀਜ਼ਾ ਅਫਸਰ ਨੂੰ ਦੱਸੇਗਾ ਕਿ ਤੂੰ ਜਰਨਲ ਇੰਜੀਨੀਅਰਿੰਗ ਕਰਨ ਜਾ ਰਿਹਾ ਜਾਂ ਉਸਦਾ ਬੇਸ ਕੀ ਹੈ? ਅਤੇ ਇਹ ਬਹੁਤ ਮੁਸ਼ਕਿਲ ਹੈ, ਕਿਉਂਕਿ ਦੇਖੋ ਸ਼ਾਇਦ $50-150 ਲਈ ਤੁਹਾਨੂੰ I-20 ਇੱਕ ਪੇਡ ਪੇਜ ਹੈ ਤੁਸੀਂ ਦੇ ਦਿਓਗੇ, ਤੁਹਾਨੂੰ ਐਡਮਿਸ਼ਨ ਕੋਈ ਨਾ ਕੋਈ ਕਾਲਜ ਜ਼ਰੂਰ ਦੇ ਦੇਗਾ, I-20 ਜ਼ਰੂਰ ਆ ਜਾਏਗੀ, ਪਰ ਵੀਜ਼ਾ ਦੇਣ ਵਾਲਿਆਂ ਦੇ ਮਨ ਵਿੱਚ ਕੋਈ ਲਾਲਚ ਨਹੀਂ ਹੈ, ਫੀਸ ਤੁਸੀਂ ਕਾਲਜ ਨੂੰ ਭਰਨੀ ਹੈ, ਲਿਵਿੰਗ ਐਕਸਪੈਂਸ ਤੁਹਾਡੇ ਆਪਣੇ ਨੇ, ਹਾਈ ਕਮਿਸ਼ਨ ਨੂੰ ਨਾ ਤੁਹਾਡੇ ਕਾਲਜ ਦੇ ਵਿੱਚੋਂ ਕੋਈ ਕਮਿਸ਼ਨ ਜਾਣਾ ਹੈ, ਨਾ ਤੁਹਾਡੇ ਲਿਵਿੰਗ ਐਕਸਪੈਂਸ ਲਈ ਕੋਈ ਫਾਇਦਾ, ਉਹਨਾਂ ਨੇ ਸਿਰਫ ਉਸ ਬੱਚਿਆਂ ਨੂੰ ਹੀ ਭੇਜਣਾ ਜੋ ਬੱਚੇ ਉਹਨਾਂ ਦੀ ਕੰਟਰੀ ਲਈ ਲਾਹੇਵੰਦ ਨੇ। ਜੋ ਬਿਲਕੁਲ ਬਹੁਤ ਵਧੀਆ ਗੱਲ ਕੀਤੀ ਕਰੋ ਜੀ ਇੱਥੇ ਤੁਸੀਂ, ਕਿਉਂਕਿ I-20 ਆ ਰਹੀਆਂ ਨੇ, ਵੀਜ਼ਾ ਉਹਨੇ ਨਹੀਂ ਆ ਰਹੇ, ਕਿਉਂਕਿ I-20 ਮੇਰੇ ਖਿਆਲ ਹਰ ਕੋਈ ਮੰਗਾ ਲੈਂਦਾ। ਬਿਲਕੁਲ, ਸੋ ਇਹ ਸਮਝਣ ਦੀ ਲੋੜ ਹੈ। ਬਹੁਤ ਵਧੀਆ ਗੱਲ ਕੀਤੀ ਗੌਰਵ ਜੀ ਨੇ, I-20 ਲੈਣਾ ਹੀ ਕਾਫੀ ਨਹੀਂ ਹੈ, ਉਸ ਤੋਂ ਅੱਗੇ ਦੇ ਸਭ ਜਿਹੜਾ ਵੀਜ਼ਾ ਲੈਣਾ ਹੈ ਉਹ ਔਖਾ ਹੈ, ਕਿਉਂਕਿ ਵੀਜ਼ਾ ਤੁਹਾਡੀ ਪ੍ਰੋਫਾਈਲ 'ਤੇ ਮਿਲਣਾ। ਇੱਕ ਵੱਡੀ ਗੱਲ ਅੱਜ ਸਾਹਮਣੇ ਆਉਂਦੀ ਹੈ, ਹਰ ਕੋਈ ਕਹਿੰਦਾ ਜੀ ਇੰਟਰਵਿਊ ਬੇਸ ਵੀਜ਼ਾ ਹੈਗਾ, ਇੱਥੇ ਡਾਕੂਮੈਂਟ ਜ਼ਿਆਦਾ ਗੌਰ ਨਹੀਂ ਕੀਤਾ ਜਾਂਦਾ। ਇਹ ਨਹੀਂ ਹੈ ਵੀ ਡਾਕੂਮੈਂਟ ਦੇਖਦੇ ਨਹੀਂ, ਉਹ ਤੁਹਾਡੇ ਆਉਣ ਤੋਂ ਪਹਿਲੇ ਸਟੱਡੀ ਸਾਰੀ ਕੀਤੀ ਹੁੰਦੀ ਹੈ ਉਹਨਾਂ ਨੇ। ਇੰਟਰਵਿਊ ਬੇਸਡ ਵੀਜ਼ਾ ਜੀ, ਅਸੀਂ ਇੰਟਰਵਿਊ ਦੀ ਤਿਆਰੀ ਕਰਾ ਦਾਂਗੇ। ਬਿਲਕੁਲ, ਉਹ ਕੀ ਹੈ ਗੌਰਵ ਜੀ? ਦੇਖੋ ਤੁਸੀਂ ਇੰਟਰਵਿਊ ਦੀ ਤਿਆਰੀ, ਤੁਸੀਂ ਹੁਣ ਇੱਕ ਆਮ ਆਦਮੀ ਨੂੰ ਇੰਜੀਨੀਅਰ ਕਿਵੇਂ ਬਣਾ ਸਕਦੇ ਹੋ, ਡਾਕਟਰ ਨੂੰ ਕ੍ਰਿਕੇਟਰ ਕਿਵੇਂ ਬਣਾ ਸਕਦੇ ਹੋ, ਸਿੰਗਰ ਨੂੰ ਫੁੱਟਬਾਲ ਕਿਵੇਂ ਖੇਡਣਾ ਸਿਖਾ ਸਕਦੇ ਹੋ? ਕੁਝ ਚੀਜ਼ਾਂ ਤੁਹਾਨੂੰ ਬੇਸ ਤੋਂ ਪ੍ਰਪੇਅਰ ਕਰਨੀਆਂ ਪੈਂਦੀਆਂ। ਹਾਂ, ਤੁਸੀਂ ਪੋਲਿਸ਼ ਕਰ ਸਕਦੇ ਹੋ, ਅਸੀਂ ਇੰਟਰਵਿਊ ਦਾ ਮਤਲਬ ਉਹਨੂੰ ਪੋਲਿਸ਼ਿੰਗ ਸਮਝਦੇ ਹਾਂ। ਹੁਣ ਜਿਸ ਬੱਚੇ ਨੂੰ ਇੰਗਲਿਸ਼ ਦੇ ਵਿੱਚ 1 ਲਾਈਨ ਜਾਂ 2 ਲਾਈਨ ਜਾਂ 4 ਲਾਈਨ ਵੀ ਨਹੀਂ ਬੋਲਣੀ ਆਉਂਦੀ, ਉਹਨੂੰ ਅਸੀਂ ਇੰਟਰਵਿਊ ਦੇ ਵਿੱਚ 10-15-20 ਦਿਨਾਂ 'ਚ ਜੋ ਕੰਮ ਉਹ 22-23 ਸਾਲ 'ਚ ਨਹੀਂ ਕਰ ਸਕਿਆ, ਉਹਨੂੰ 5-10 ਦਿਨਾਂ 'ਚ ਕਿਵੇਂ ਕਰੇਗਾ? ਇਹ ਪੋਸੀਬਿਲਿਟੀ ਨਹੀਂ ਹੈ। ਉਹਦੇ ਲਈ ਵੀ ਉਹਨੂੰ 3-4 ਮਹੀਨੇ ਦੀ ਟ੍ਰੇਨਿੰਗ ਚਾਹੀਦੀ ਹੈ, ਉਹ ਪੜ੍ਹੇ ਉਸ, ਔਰ ਉਹ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹਦਾ ਪੂਰਾ ਧਿਆਨ ਸਿਰਫ ਅਤੇ ਸਿਰਫ ਲੈਂਗੁਏਜ
ਕੰਟਰੀਜ਼ ਵੀਜ਼ਾ ਦੇਣ ਲਈ ਬੈਠੀਆਂ ਨੇ, ਵੀਜ਼ਾ ਮਿਲਦਾ ਪਰ ਵੀਜ਼ਾ ਤੁਹਾਡੀ ਰਿਕੁਆਇਰਮੈਂਟ 'ਤੇ ਮਿਲਣਾ। ਕੁਝ ਚੀਜ਼ਾਂ ਮੈਂ ਕੰਸਲਟੈਂਟ, ਇੱਕ ਅੱਛਾ ਕੰਸਲਟੈਂਟ ਦੀ ਖੂਬੀ ਕੀ ਹੈ ਕਿ ਉਹ ਇੱਕ ਵਧੀਆ ਫਾਈਲਿੰਗ ਆਫਿਸਰ ਹੈ, ਉਹਨੂੰ ਪਤਾ ਹੈ ਕਿ ਕੈਰੀਅਰ ਕਾਉਂਸਲਿੰਗ, ਕੈਰੀਅਰ ਕਾਉਂਸਲਿੰਗ ਕਰੇਗਾ, ਉਹਨੂੰ ਪਤਾ ਹੈ ਕਿ ਕਿਹੜੇ ਡਾਕੂਮੈਂਟ 'ਤੇ ਕਿਹੜੀ ਅਪੀਡੈਂਸਿਸ ਨਹੀਂ ਲੱਗਣਗੀਆਂ, ਫੰਡਸ ਕਿੱਦਾਂ ਔਰ ਜੋ ਤੁਹਾਡਾ D-160 ਕਿੱਦਾਂ ਭਰਨਾ ਔਰ ਕਿਸ ਮੇਰੇ ਭਰੇ ਹੋਏ ਫਾਈਲ 'ਤੇ ਮੈਨੂੰ ਇਹ ਪਤਾ ਕਿ ਕਿਸ ਤਰ੍ਹਾਂ ਦੇ ਕੁਐਸਚਨ ਇੱਕ ਵੀਜ਼ਾ ਅਫਸਰ ਅਰਾਈਜ਼ ਕਰ ਸਕਦਾ। ਪਰ ਐਂਡ ਆਫ ਦਾ ਸਟੋਰੀ ਉੱਥੇ ਜਾ ਕੇ ਉਹਨਾਂ ਦਾ ਜਵਾਬ ਤੁਸੀਂ ਦੇਣਾ ਔਰ ਵਿਦ ਕੌਨਫੀਡੈਂਟ ਦੇਣਾ ਔਰ ਬਹੁਤ ਵਧੀਆ ਤਰੀਕੇ ਨਾਲ ਦੇਣਾ, ਕਿਉਂਕਿ ਦੇਖੋ ਉੱਥੇ ਲਾਈਨ ਲੱਗੀ ਹੈ, ਤੁਹਾਡਾ ਲਾਈਨ ਵਿੱਚ ਨੰਬਰ ਆਉਣਾ। ਫਿਰ ਜਿਸ ਜਿਸ ਸਰਵਿਸ ਪ੍ਰੋਵਾਈਡਰ ਕੋਲ, ਜਿਸ ਚੀਜ਼ ਕੋਲ ਇੱਕ ਬਹੁਤ ਲੰਬੀ ਲਾਈਨ ਲੱਗੀ ਹੈ, ਉਹ ਚੂਜ਼ ਹੀ ਹੋ ਜਾਂਦੇ ਨੇ, ਉਹਨਾਂ ਦਾ ਇੱਕ ਮਾਇੰਡ ਸੈੱਟ ਹੋ ਜਾਂਦਾ ਕਿ ਮੈਂ ਇਸ ਲੈਵਲ ਦੇ ਬੰਦੇ ਨੂੰ ਵੀਜ਼ਾ ਦੇਣਾ, ਇਸ ਤੋਂ ਥੱਲੇ ਨੂੰ ਨਹੀਂ ਦੇਣਾ। ਜਿਹੜੀ ਆ ਧਾਰਨਾ ਬਣੀ ਹੈ ਮਨ ਦੇ ਵਿੱਚ ਵੀ USA ਵੀਜ਼ਾ ਦੇ ਰਿਹਾ ਜੀ, USA ਦਾ ਵੀਜ਼ਾ ਖੁੱਲ ਗਿਆ, ਉਹਦੇ ਬਾਰੇ ਕੀ ਮੈਸੇਜ ਦੇ ਕੇ ਆਪਾਂ ਟੌਪਿਕ ਨੂੰ ਖਤਮ ਕਰਕੇ ਦੂਜੇ ਵੱਲ ਮੁੜੀਏ? ਦੇਖੋ ਉਸ ਦੇ ਜੀ ਕੋਈ ਵੀ ਐਮਬੈਸੀ ਵੀਜ਼ਾ ਕੋਈ ਲੋਟਰੀ ਨਹੀਂ ਹੈ ਕਿ ਅੱਜ ਖੁੱਲ੍ਹ ਗਈ ਹੈ, ਜਾਂ ਵੀਜ਼ਾ ਕਿਸੇ ਵੀ ਦੁਕਾਨ 'ਤੇ ਵਿਕਣ ਵਾਲਾ ਕੋਈ ਪ੍ਰੋਡਕਟ ਨਹੀਂ ਹੈ ਜਿਸ ਦੀ ਗਰਮੀਆਂ ਦੇ ਐਂਡ 'ਤੇ, ਸਰਦੀਆਂ ਦੇ ਐਂਡ 'ਤੇ ਸੇਲ ਲੱਗ ਜਾਂਦੀ ਹੈ ਕਿ 40% ਔਫ ਹੋ ਗਿਆ ਜਾਂ 50% ਔਫ ਹੋ ਗਿਆ। ਇਹ ਸਹੀ ਪ੍ਰੋਫਾਈਲ ਲਈ ਹਮੇਸ਼ਾ ਓਪਨ ਸੀ ਔਰ ਗਲਤ ਪ੍ਰੋਫਾਈਲ ਲਈ ਹਮੇਸ਼ਾ ਬੰਦ ਸੀ। ਇਹ ਜਿਹੜੀ ਗੱਲ ਹੈ ਨਾ ਗੌਰਵ ਜੀ ਦੀ ਵੀ ਸਹੀ ਪ੍ਰੋਫਾਈਲ ਹਮੇਸ਼ਾ ਵੀਜ਼ਾ ਮਿਲਦਾ, ਇਹ ਸਾਰੀ ਕੰਟਰੀਆਂ 'ਤੇ ਲਾਗੂ ਹੁੰਦੀ ਹੈ। ਗੱਲ ਕਰੀਏ ਅਸੀਂ ਸੇਮ ਗੱਲ ਨਿਊਜ਼ੀਲੈਂਡ ਦੇ ਵਿੱਚ ਵੈਸੇ ਦੇਖਣ ਨੂੰ ਮਿਲ ਰਹੀ ਹੈ, ਜਦੋਂ FTS ਦੇ ਵਿੱਚ ਜਿਹੜੇ ਸੋਰਸ ਆਫ ਇਨਕਮ ਮੰਗਣਾ ਸ਼ੁਰੂ ਕੀਤਾ ਅਤੇ ਕਾਫੀ ਜਗ੍ਹਾ ਇਹ ਹੋ ਗਿਆ ਜੀ ਹੁਣ ਨਿਊਜ਼ੀਲੈਂਡ ਨੇ ਵੀਜ਼ਾ ਦੇਣਾ ਔਖਾ ਕਰਤਾ, ਨਿਊਜ਼ੀਲੈਂਡ ਹੁਣ ਵੀਜ਼ਾ ਘੱਟ ਦੇ ਰਿਹਾ। ਉਹ ਕਿਉਂ ਘੱਟ ਦੇ ਰਿਹਾ? ਕਿਉਂਕਿ ਉਹ ਵੀਜ਼ਾ ਦੇਖ ਕੇ ਦੇ ਰਿਹਾ, ਉਹ ਜੈਨੂਇਨ ਪ੍ਰੋਫਾਈਲ ਨੂੰ ਦੇ ਰਿਹਾ। ਇਹ ਚੀਜ਼ਾਂ ਕਿਉਂ ਨਿਕਲਦੀਆਂ ਨੇ ਸਾਹਮਣੇ ਵੀ ਹੁਣ ਵੀਜ਼ਾ ਨਹੀਂ ਆਉਂਦਾ? ਅਮਨ ਜੀ ਹੁਣ ਤੁਸੀਂ ਅਖਬਾਰਾਂ ਚੈਨਲਸ ਤੋਂ ਨਿਊਜ਼ੀਲੈਂਡ ਗਾਇਬ ਹੋਇਆ ਦੇਖ ਰਹੇ ਹੋ, ਬਿਲਕੁਲ ਕਿ ਕਿੱਥੇ ਵੀ ਤੁਹਾਨੂੰ ਨਿਊਜ਼ੀਲੈਂਡ ਦੀ USA ਆ ਗਿਆ, USA ਆ ਗਿਆ। ਨਿਊਜ਼ੀਲੈਂਡ ਬੇਸਿਕਲੀ ਸਭ ਤੋਂ ਪਹਿਲੇ ਤਾਂ ਜੋ ਤੁਹਾਨੂੰ ਅਪਲਾਈ ਕਰ ਰਿਹਾ ਕਿ ਉਹ ਖੁਦ ਆਥੋਰਾਈਜ਼ਡ ਹੈ, ਉਹ ਖੁਦ ਟ੍ਰੇਨਡ ਏਜੰਟ ਹੈ ਨਿਊਜ਼ੀਲੈਂਡ ਦਾ ਜਾਂ ਨਹੀਂ ਹੈ। ਦੂਜੀ ਚੀਜ਼ ਡਾਇਰੈਕਟ IAPS ਕੀ ਨੇ, ਡਾਇਰੈਕਟ ਨੌਲੇਜ ਕਿਸ ਚੀਜ਼ ਦੀ ਹੈ, ਔਰ ਕੀ ਜੋ ਤੁਸੀਂ ਸੋਰਸ ਆਫ ਫੰਡ ਦੇ ਰਹੇ ਹੋ ਉਹ ਸੋਰਸ ਆਫ ਫੰਡ ਔਰ ਇਨਕਮ ਪਰੂਫ ਰੈਲੇਵੈਂਸ ਹੈਗੇ, ਤੋ ਇਹ ਡਿਸੀਜ਼ਨ ਕੀ ਤੁਹਾਡਾ ਕੰਸਲਟੈਂਟ ਸਹੀ ਤਰੀਕੇ ਨਾਲ ਲੈ ਰਿਹਾ? ਬਿਲਕੁਲ ਸਹੀ ਸਹਿਮਤ ਇਹਨਾਂ ਨੂੰ ਸੁਣਿਆ, ਕਿਉਂਕਿ ਡਿਸੀਜ਼ਨ ਲੈਣੇ ਦੀ ਗੱਲ ਹੈ। ਕਈ ਪ੍ਰੋਫਾਈਲਸ ਬੱਚਿਆਂ ਦੀ ਪਤਾ ਲੱਗਦੀਆਂ ਜਿਹਨੇ ਰਿਜੈਕਸ਼ਨ ਲੱਗੀਆਂ, ਜਿਵੇਂ ਪਹਿਲਾਂ ਚੱਲਦਾ ਸੀ ਗੌਰਵ ਜੀ ਫੰਡਸ ਦਾ ਸਿਸਟਮ, ਬਿਲਕੁਲ ਅਸੀਂ ਫੰਡਸ ਕਰਾ ਦਾਂਗੇ, ਕਿਉਂਕਿ ਅੱਜ ਕੀ ਹੋ ਰਿਹਾ ਖੁਦ ਹੀ ਕਈ ਏਜੰਟਾਂ ਨੇ ਆਪਣਾ ਫੰਡਸ ਦਾ ਸਿਸਟਮ ਫਾਈਨੈਂਸਰ ਬਣੇ ਹੋਏ ਨੇ, ਈਵਨ ਮੈਂ ਕਹੂੰਗਾ ਫਾਈਨੈਂਸਰ ਕੰਸਲਟੈਂਟ ਬਣ ਗਏ ਨੇ। ਉਹਦੇ 'ਚ ਫਾਈਨੈਂਸ ਕਰਾਉਣ ਨਾਲ ਜ਼ਿਆਦਾ ਬਚਦਾ, ਅਸੀਂ ਕਰਾ ਦਾਂਗੇ ਜੀ, FD ਕਰਾ ਦਿੰਦੇ, FD ਅਗੇਂਸਟ ਫਿਰ ਲੋਨ ਕਰਾ ਦਿੰਦੇ ਆ, FD ਦਾ ਸੋਰਸ ਕੌਣ ਦਿਖਾਏਗਾ, FD ਕਿੱਥੋਂ ਆਈ ਹੈ, ਇਹ ਚੀਜ਼ ਨਹੀਂ ਦੱਸੀ ਜਾਂਦੀ। ਨਹੀਂ, ਔਰ ਅੱਜ ਵੀ ਬਹੁਤ ਵੱਡੇ ਲੈਵਲ 'ਤੇ ਸਾਨੂੰ ਸ਼ੱਕ ਦੀ ਨਿਗਾਹ 'ਤੇ ਦੇਖਿਆ ਜਾਂਦਾ, ਜਦੋਂ ਪੰਜਾਬੀਆਂ ਦੇ ਪਾਸਪੋਰਟ ਜਾਂਦੇ ਨੇ ਅਤੇ ਉਹਨਾਂ ਨੂੰ ਜਿੱਥੋਂ ਪੰਜਾਬ ਦਾ ਜਾਂਦਾ ਉੱਥੇ ਅੱਖਾਂ ਖੜੀਆਂ ਹੋ ਜਾਂਦੀਆਂ ਨੇ ਵੀਜ਼ਾ ਅਫਸਰਸ ਦੀਆਂ, ਜਿੱਥੇ ਪਾਸਪੋਰਟ 'ਤੇ ਲਿਖਿਆ ਗਿਆ ਪੰਜਾਬ ਜਾਂ ਸਿੰਘ ਸਿੰਘ, ਉੱਥੇ ਵੀਜ਼ਾ ਅਫਸਰ ਦੀ ਅੱਖਾਂ ਖੜੀਆਂ ਹੁੰਦੀਆਂ ਨੇ ਕਿ ਸ਼ਾਇਦ ਇਹ ਫਾਈਲ ਦੇ ਵਿੱਚ ਮੈਨੂੰ ਅੱਜ ਕੀ ਨਵਾਂ ਦੇਖਣ ਨੂੰ ਮਿਲੇਗਾ। ਅੱਛਾ, ਉਹਨਾਂ ਨੂੰ ਵੀ ਸਿੱਖਣ ਨੂੰ ਮਿਲਦਾ? ਸਿੱਖਣ ਨੂੰ ਮਿਲਦਾ ਉਹ, ਮੈਂ ਬਹੁਤ ਵਾਰ ਉਹਨਾਂ ਨੂੰ ਇੱਕ ਐਕਸ ਵੀਜ਼ਾ ਅਫਸਰ ਮੇਰੇ ਦੋਸਤ ਨੇ ਉਹਨਾਂ ਦੀ ਬਹੁਤ ਵਧੀਆ ਗੱਲ ਸੁਣੀ ਕਿ ਉਹਨੇ ਕਿਹਾ ਕਿ ਮੈਂ ਪੰਜਾਬ ਹਰਿਆਣਾ ਹਿਮਾਚਲ ਦੇ ਦਿਮਾਗ ਦੇ ਬਾਰੇ ਇੰਨਾ ਸ਼ਾਇਦ ਉੱਥੇ ਰਹਿ ਕੇ ਨਹੀਂ ਜਾਣ ਪਾਇਆ ਜਿੰਨਾ ਮੈਂ ਹਾਈ ਕਮਿਸ਼ਨ ਦੇ ਵਿੱਚ ਉਹਨਾਂ ਦੀ ਫਾਈਲਾਂ ਪੜ੍ਹ ਕੇ ਜਾਣ ਪਾਇਆ ਕਿ ਇੱਕ 5 ਬੈਂਡ ਜਾਂ ਇੱਕ ਬੰਦਾ 3-4 ਮਿੰਟ ਵੀ ਇੰਗਲਿਸ਼ ਦੇ ਵਿੱਚ ਗੱਲ ਨਹੀਂ ਕਰ ਪਾਉਂਦਾ ਸੀ ਅਤੇ ਉਹ SOP 7 ਬੈਂਡ ਦੇ ਬਰਾਬਰ ਲਿਖ ਰਿਹਾ ਅਤੇ ਕਈ ਵਾਰ ਉਹ ਇਹ ਚੀਜ਼ ਚੋਰੀ ਖੁਦ ਫੜੀ ਜਾਂਦੀ ਹੈ ਜਿਹੜਾ SOP ਉਹ ਵੀ ਉਹਦੀ ਬੈਂਡਸ ਕੀ ਨੇ ਅਤੇ ਉਹ ਇੰਗਲਿਸ਼ ਕੇ ਸਾਹਮਣੇ ਲੱਗਦਾ ਉਹ ਬਹਿ ਕੇ ਹੱਸਦੇ ਹੋਣਗੇ ਜਦੋਂ ਦੇਖਦੇ ਹੋਣਗੇ ਕਿ ਇੰਗਲਿਸ਼ ਵਿੱਚ 45 ਨੰਬਰ ਨੇ ਅਤੇ ਜੋ SOP ਲਿਖੀ ਹੈ ਉਹ 7.5 ਬੈਂਡ ਵਾਲਾ ਵੀ ਨਹੀਂ ਲਿਖ ਸਕਦਾ ਹੈ ਜੀ, ਇਹੋ ਜਿਹੇ ਵੋਕੈਬਲਰੀ ਯੂਜ਼ ਕੀਤੀ ਹੈ। ਤੁਹਾਡਾ ਪੜ੍ਹਿਆ ਹੋਇਆ ਸਕੂਲ, ਤੁਹਾਡੀ ਲਿੱਤੇ ਗਏ ਮਾਰਕਸ, ਤੁਹਾਡੀ ਜਗ੍ਹਾ ਇੱਕ ਵੀਜ਼ਾ ਅਫਸਰ ਨੂੰ ਦੱਸ ਦਿੰਦੀ ਹੈ ਕਿ ਤੁਸੀਂ ਕਿੰਨੇ ਕੁ ਕੈਪੇਬਲ ਹੋ, ਕਿਸ ਲੈਵਲ ਦੀ ਇੰਸਟੀਟਿਊਸ਼ਨ ਪੜ੍ਹ। ਬਿਲਕੁਲ ਸਹੀ ਗੱਲ ਹੈ ਤੁਹਾਡੀ। ਹੁਣ ਅੱਜ ਨਿਊਜ਼ੀਲੈਂਡ ਦੀ ਗੱਲ ਕਰੀਏ, ਨਿਊਜ਼ੀਲੈਂਡ ਨੇ ਸੋਰਸ ਆਫ ਇਨਕਮ ਮੰਗਣਾ ਸ਼ੁਰੂ ਕਰਤਾ ਆਪਣੇ ਪੰਜਾਬੀਆਂ ਤੋਂ, ਉਹ ਵੀ ਗਲਤੀ ਤਾਂ ਆਪਣੀ ਜਿਹੜੇ ਆਪਾਂ ਸਿਸਟਮ ਅਬਿਊਜ਼ ਕੀਤੇ ਨੇ, ਉਹਨਾਂ ਨੇ ਵੀ ਸਾਨੂੰ ਸ਼ੱਕ ਦੀ ਨਿਗਾਹ ਨਾਲ ਦੇਖਣਾ ਸ਼ੁਰੂ ਕਰਤਾ, ਕਿਉਂਕਿ ਨਿਊਜ਼ੀਲੈਂਡ ਅਸੀਂ ਹਮੇਸ਼ਾ ਗੱਲ ਕਰਦੇ ਬੜਾ ਸਟੇਬਲ ਚੱਲਦਾ ਆ ਰਿਹਾ, ਉਹਨੇ ਇੱਕ ਆਪਣਾ ਪੈਮਾਨਾ ਰੱਖਿਆ ਵੀ ਆਹ ਜੇ ਚੈੱਕਲਿਸਟ ਪੂਰੀ ਕਰ ਦਿਉ ਮੈਂ ਵੀਜ਼ਾ ਦੇਣਾ। ਬਿਲਕੁਲ, ਅੱਜ ਕਿਉਂ ਸਖਤੀ ਦੇਖਣ ਨੂੰ ਮਿਲੀ, ਕਿੱਥੇ ਗਲਤੀਆਂ ਹੋ ਰਹੀਆਂ ਨੇ ਅੱਜ ਦੀ ਰੇਟ 'ਚ ਵੀ ਜਿਹੜੀਆਂ ਰਿਜੈਕਸ਼ਨ ਦੇਖਣ ਨੂੰ ਮਿਲ ਰਹੀਆਂ? ਦੇਖੋ ਐਜ ਹੋਇਆ ਕਿ ਥਰਡ ਪਾਰਟੀ ਫੰਡ ਵੀ ਐਕਸੈਪਟੇਬਲ ਸੀ, ਅੱਜ ਵੀ ਐਕਸੈਪਟ ਕਰਦੇ ਨੇ, ਪਰ ਥਰਡ ਪਾਰਟੀ ਨੂੰ ਵੀ ਪਤਾ ਨਹੀਂ ਸੀ ਕਿ ਉਹਦੇ ਫੰਡ ਲੱਗੇ ਹੋਏ ਨੇ, ਪ੍ਰੋਬਲਮ ਤਾਂ ਉੱਥੇ ਹੋ ਗਈ ਜਿੱਥੇ ਚਾਚਾ ਮਾਮਾ ਤਾਂ ਬਣਾ ਰਹੇ ਬਣਾਇਆ ਗਿਆ। ਦੇਖੋ ਫੈਬਰੀਕੇਸ਼ਨ ਨਹੀਂ ਚੱਲ ਸਕਦੀ, ਕਿਉਂਕਿ ਅਗਰ ਉਹਨਾਂ ਦਾ ਡਾਲਰ ਸਾਡੇ ਤੋਂ 50-60 ਰੁਪਏ ਹੈ ਤਾਂ ਮੇਰੇ ਹਿਸਾਬ ਨਾਲ ਉਹ ਸਾਡੇ ਤੋਂ ਕਿਤੇ ਨਾ ਕਿਤੇ 50-60 ਸਾਲ ਲੱਗੇ ਨੇ, ਔਰ ਇੱਕ ਵੀਜ਼ਾ ਅਫਸਰ ਆਪਣੇ ਰੋਜ਼ ਦੇ ਲਾਈਫ ਸਟਾਈਲ ਵਿੱਚ 30-40 ਫਾਈਲ ਨੂੰ ਅਸੈਸ ਕਰਦਾ
ਉਹਨੂੰ ਹਰ ਤਰ੍ਹਾਂ ਦਾ ਔਰ ਉਹਨਾਂ ਦੀ ਲੋਕਲ ਬੋਡੀਜ਼ ਇਨਵੈਸਟੀਗੇਟ ਕਰਦੀਆਂ ਨੇ ਕਿ ਜੋ ਤੁਸੀਂ ਡਾਕੂਮੈਂਟੇਸ਼ਨ ਲਾ ਰਹੇ ਹੋ ਉਹ ਸਹੀ ਹੈ ਜਾਂ ਗਲਤ ਹੈ, ਔਰ ਕਿਸੇ ਵੀ ਬੈਂਕ ਦੇ ਫੰਡਸ ਨੂੰ ਲੈਣਾ ਔਰ ਨਹੀਂ ਲੈਣਾ ਉਹਨੂੰ ਕਿਸ ਤਰ੍ਹਾਂ ਐਕਸੈਪਟ ਕਰਨਾ, ਇਹ ਡਿਸਕ੍ਰਿਮੀਨੇਸ਼ਨ ਪਾਵਰ ਹੈ। ਔਰ ਗੁਰੂ ਜੀ ਜਿਹੜੇ ਬਿਆਨੇ ਲਾਉਣ ਦੀ ਕੋਸ਼ਿਸ਼ ਹੋ ਰਹੀ ਹੈ ਵੀ ਕਿਸੇ ਪ੍ਰੋਪਰਟੀ ਦਾ ਬਿਆਨਾ ਲਾ ਦਿੱਤਾ ਗਿਆ, ਉਹ ਐਕਸੈਪਟੇਬਲ ਨਹੀਂ? ਬਿਲਕੁਲ ਨਹੀਂ ਹੈ। ਤੁਹਾਨੂੰ ਲੋਨ ਲੈਟਰ ਸਿਰਫ ਅਗੇਂਸਟ ਪ੍ਰੋਪਰਟੀ ਐਕਸੈਪਟੇਬਲ ਹੈ, ਤੁਸੀਂ ਲੋਨ ਲੈ ਜਾਂ ਸੇਲ ਕੀਤੀ ਹੋਵੇ, ਪ੍ਰੋਪਰਟੀ ਰਜਿਸਟਰੀ ਪ੍ਰੋਪਰ ਰਜਿਸਟਰੀ ਹੋਵੇ ਰਜਿਸਟਰੀ ਹੋਵੇ। ਔਰ ਦੂਜੀ ਚੀਜ਼ ਜਾਂ ਫਿਰ ਗੋਲਡ ਲੋਨ, ਉਹ ਐਕਸੈਪਟੇਬਲ ਹੈ ਜੀ, ਤੁਸੀਂ ਆਪਣਾ ਗੋਲਡ ਲੋਨ ਲੈ ਸਕਦੇ। ਗੋਲਡ ਲੋਨ ਦੇ ਹੁਣ ਕਈ ਪ੍ਰਾਈਵੇਟ ਸੈਕਟਰ ਵੀ ਨੇ ਜਿਹੜੇ ਗੋਲਡ ਲੋਨ ਦਿੰਦੇ ਨੇ, ਉਹ ਵੀ ਐਕਸੈਪਟਡ ਹੋਣ? ਐਕਸੈਪਟਡ ਹੈ ਕਿਸੇ ਵੀ ਬੈਂਕ ਤੋਂ, ਚਾਹੇ ਉਹ ਪ੍ਰਾਈਵੇਟ ਹੈ ਚਾਹੇ ਉਹ ਸਰਕਾਰੀ ਹੈ, ਤੁਸੀਂ ਗੋਲਡ ਲੋਨ ਵਿਦਆਊਟ ਐਫ ਟੀ ਐਸ ਕੰਸੀਡਰ ਕੀਤਾ ਜਾ ਰਿਹਾ। ਔਰ ਉਹ ਇੱਕ ਐਜਾ ਡਾਕੂਮੈਂਟ ਹੈ ਜੋ ਐਵੀਡੈਂਸ਼ੀਅਲ ਹੈ, ਜਿਹਦੇ 'ਚ ਤੁਸੀਂ ਜਿਹਦੇ 'ਚ ਅੰਬੈਸੀ ਕਿਸੇ ਤਰ੍ਹਾਂ ਦਾ ਕੋਈ ਡਾਊਟ ਨਹੀਂ ਕਰਦਾ। ਸੇਲ ਵੀ ਕਰ ਸਕਦਾ ਜਿਹੜਾ ਕਲਾਇੰਟ ਹੈ, ਐਪਲੀਕੈਂਟ ਹੈ ਆਪਣਾ ਗੋਲਡ, ਇਹ ਤੇ ਉਹਦੇ ਦੇ ਅਗੇਂਸਟ ਲੋਨ ਵੀ ਲੈ ਸਕਦਾ? ਨਹੀਂ, ਸਿਰਫ ਲੋਨ, ਸੇਲਸ ਨਹੀਂ ਕਰ ਸਕਦਾ। ਸੇਲ ਤਾਂ ਮੈਂ ਕਿਸੇ ਨੂੰ ਵੀ ਕਹਿ ਕੇ ਔਰ ਉਸ ਤੋਂ ਐਵੀਡੈਂਸ ਕ੍ਰੀਏਟ ਕਰ ਸਕਦਾ ਕਿ ਮੈਂ ਤੈਨੂੰ ਗੋਲਡ ਵੇਚ ਲਿਆ। ਸੋ ਇਹ ਚੀਜ਼ ਬਿਲਕੁਲ ਜਾਣਨ ਵਾਲੀ, ਕਈ ਵਿੱਚ ਇਕੁਆਇਰੀ ਕਰ ਰਹੇ ਸੀਗੇ ਵੀ ਗੋਲਡ ਲੋਨ ਚੱਲੇਗਾ। ਗੋਲਡ ਲੋਨ ਗੌਰਵ ਜੀ ਦਾ ਮੰਨਣਾ ਹੈ ਵੀ ਉਹ ਜ਼ਰੂਰ ਐਕਸੈਪਟਡ ਹੋਏਗਾ, ਬਟ ਸੇਲ ਵਾਲਾ ਕਿਤੇ ਨਾ ਕਿਤੇ ਐਕਸੈਪਟਡ ਨਹੀਂ ਹੋਏਗਾ, ਕਿਉਂਕਿ ਫਿਰ ਉਹਦੇ 'ਚ ਫੈਬਰੀਕੇਸ਼ਨ ਦੇ ਚਾਂਸਸ ਬਹੁਤ ਜ਼ਿਆਦਾ ਨੇ ਤੁਹਾਡੇ ਕੋਲ। ਫਿਰ ਉਹ ਤੁਹਾਨੂੰ ਮੰਗਣਗੇ ਤੁਸੀਂ ਗੋਲਡ ਖਰੀਦਿਆ ਸੀ ਉਦੋਂ ਦਾ ਬਿੱਲ ਦੇ ਦਿਓ, ਹੁਣ ਜਿੱਥੇ ਵੇਚਿਆ ਉਹ ਕਿਸ ਜਗ੍ਹਾ ਵੇਚਿਆ, ਹੁਣ ਫਿਰ ਉੱਥੇ ਉਹੀ ਟਵਿਸਟ ਨਿਕਲਣਾ ਹੈ ਕਿ ਬੰਦਾ ਅੰਮ੍ਰਿਤਸਰ ਦਾ ਸੀ ਅਤੇ ਗੋਲਡ ਉਹ ਜਾ ਕੇ ਮੋਹਾਲੀ ਵੇਚ ਆਇਆ, ਅਤੇ ਉਹ ਕਿਤੇ ਨਾ ਕਿਤੇ ਗੱਲ ਬਣੇਗੀ। ਸੋ ਕੋਈ ਮਨ ਦੇ ਵਿੱਚ ਸਵਾਲ ਨਿਊਜ਼ੀਲੈਂਡ ਨੂੰ ਲੈ ਕੇ ਵੀ ਆ ਰਿਹਾ ਤਾਂ ਸੈਟਲਿੰਗ ਅਬਰੋਡ ਨਾਲ ਸਾਂਝਾ ਕੀਤਾ ਜਾ ਸਕਦਾ ਜੀ, ਜਿਹੜੇ ਨੰਬਰ ਚੱਲ ਰਹੇ ਨੇ ਉਹਨਾਂ 'ਤੇ ਕਾਲ ਕਰਕੇ, ਮੈਸੇਜ ਕਰਕੇ, ਐਡਰੈਸ 'ਤੇ ਵਿਜ਼ਿਟ ਕਰਕੇ। ਇੱਕ ਮੈਂ ਜ਼ਰੂਰ ਗੱਲ ਕਹਿੰਦਾ ਹੁੰਦਾ ਵੀ ਕੰਟਰੀ ਕੋਈ ਵੀ ਮਾੜੀ ਨਹੀਂ, ਹਮੇਸ਼ਾ ਬੰਦਾ ਆਪਣੀ ਪੋਕਿਟ ਦੇਖ ਕੇ ਡਿਸੀਜ਼ਨ ਲਵੇ। ਕਈ ਵਾਰੀ ਹੁੰਦਾ ਵੀ ਆਪਾਂ ਕੰਟਰੀ ਇਸ ਗੱਲੋਂ ਮਾੜੀ ਗਿਣ ਲੈਂਦੇ ਹਾਂ ਵੀ ਉੱਥੇ ਜਾਣਾ ਸਸਤਾ ਹੈ ਜੀ, ਬਾਕੀਆਂ ਦੇ ਵਿੱਚ ਜ਼ਿਆਦਾ ਪੈਸੇ ਲੱਗਦੇ ਨੇ, ਉੱਥੇ ਘੱਟ ਲੱਗ ਰਹੇ ਨੇ। ਸੇਮ ਗੱਲ ਅੱਜ ਜੇ ਦੇਖੀਏ ਸਿੰਗਾਪੁਰ ਦੀ, ਕਾਫੀ ਬੱਚੇ ਉੱਥੇ ਪੜ੍ਹ ਕੇ ਖੁਸ਼ ਵੀ ਨੇ, ਕਾਫੀਆਂ ਦੀ ਫੀਡਬੈਕ ਜਿਹੜੀ ਮਾੜੀ ਵੀ ਆਈ ਹੈ, ਰਲਵੀ ਮਿਲਵੀ ਜੀ ਫੀਡਬੈਕ ਹੈ। ਜਿਨ੍ਹਾਂ ਦੀ ਮਾੜੀ ਹੈ ਉਹ ਅੱਜ ਵੀ ਦੂਜਿਆਂ ਨੂੰ ਕਹਿ ਰਹੇ ਨਹੀਂ ਨਹੀਂ ਬਹੁਤ ਸਸਤੀ ਕੰਟਰੀ ਹੈ, ਉੱਥੇ ਜਾ ਕੇ ਫਾਇਦਾ ਨਹੀਂ। ਸੋ ਮੈਂ ਸਿੰਗਾਪੁਰ ਬਾਰੇ ਇਸ ਲਈ ਸਵਾਲ ਕਰਨਾ ਚਾਹੁੰਦਾ, ਟਾਈਮ ਥੋੜ੍ਹਾ ਬਚਿਆ, ਬਟ ਸਿੰਗਾਪੁਰ ਜਾਣ ਵਾਲੇ ਬੱਚੇ ਵੀ ਇੱਕ ਸਹੀ ਕਾਉਂਸਲਿੰਗ ਚਾਹੁੰਦੇ ਸੀਗੇ ਗੌਰਵ ਜੀ, ਉਹਨਾਂ ਬਾਰੇ ਕੀ ਕਹਿਣਾ? ਦੇਖੋ ਅਮਨ ਜੀ, ਮੈਂ ਇਸ ਗੱਲ ਤੋਂ ਬਿਲਕੁਲ ਸਹਿਮਤ ਨਹੀਂ ਹੈ ਕਿ ਸਿੰਗਾਪੁਰ ਸਸਤੀ ਕੰਟਰੀ ਹੈ ਜਾਂ ਸਿੰਗਾਪੁਰ ਨਹੀਂ, ਬਾਕੀ ਦੇ ਬੜੀ ਸਾਹਿਬ ਦੇਖੋ ਆਸਟ੍ਰੇਲੀਆ 10-12 ਲੱਖ ਰੁਪਇਆ ਲੱਗਣਾ, ਨਿਊਜ਼ੀਲੈਂਡ ਦੇ ਵਿੱਚ ਵੀ ਨਹੀਂ। ਮੈਂ ਆਈ ਐਗਰੀ ਵਿਦ ਯੂ ਪੁਆਇੰਟ, ਪਰ ਸਿੰਗਾਪੁਰ ਵੀ ਐਜ ਏ ਕੋਰਸ ਨੇ, ਪਰ ਸਾਡੇ ਬੱਚੇ ਨੂੰ ਲੈਂਦੇ ਹੀ ਨਹੀਂ, ਸਿੰਗਾਪੁਰ ਇਜ਼ ਅ ਟੋਟਲੀ ਹੋਸਪਿਟੈਲਿਟੀ ਸੈਕਟਰ। ਉਹ ਬੱਚੇ ਜੋ ਪੜ੍ਹ ਨਹੀਂ ਸਕਦੇ, ਜਿਨ੍ਹਾਂ ਨੂੰ ਅਕੈਡਮਿਕਸ ਤੋਂ ਬਹੁਤ ਦੂਰ ਨੇ, ਉਸ ਤੋਂ ਬਾਅਦ ਉਹ ਉੱਥੇ ਜਾ ਕੇ ਆਪਣਾ ਇੱਕ ਫਰੂਟ ਬੈਵਰੇਜ ਦੇ ਵਿੱਚ ਇੱਕ ਲਾਈਫ ਬਣਾਉਣਾ ਚਾਹੁੰਦੇ ਨੇ, ਇਜ਼ ਅ ਬੈਟਰ ਆਪਸ਼ਨ, ਕਿਉਂਕਿ ਉੱਥੇ ਤੁਸੀਂ ਸਿੱਖ ਕੇ ਕੰਮ ਕਰਕੇ ਇੰਡੀਆ ਆ ਕੇ ਵੀ ਆਪਣਾ ਕੰਮ ਕਰ ਸਕਦੇ ਹੋ, ਉੱਥੇ ਵੀ ਐਕਸਟੈਂਸ਼ਨ ਲੈ ਸਕਦੇ ਹੋ। ਪਰ ਜੋ ਬੈਡ ਫੀਡਬੈਕ ਹੈ ਉਹ ਸਿਰਫ ਤੁਹਾਡੀ ਈਡੀਓ ਟਰੱਸਟ ਤੋਂ ਨਾ ਰਿਕੋਗਨਾਈਜ਼ ਕਾਲਜ ਦੇ ਵਿੱਚ ਐਡਮਿਸ਼ਨ ਲੈਣ ਕਰਕੇ ਹੈ, ਸਿੰਗਾਪੁਰ ਦੇ ਵਿੱਚ ਵੀ ਫੀਸ। ਬਿਲਕੁਲ ਸਹੀ ਗੱਲ ਹੈ, ਇੱਕ ਤਾਂ ਪਹਿਲਾਂ ਹੀ ਸਿੰਗਾਪੁਰ ਨੂੰ ਬੱਚੇ ਕਹਿ ਦਿੰਦੇ ਨਹੀਂ ਨਹੀਂ ਸਸਤਾ, 3-4 ਲੱਖ ਰੁਪਏ 'ਚ ਇਹਨਾਂ ਨੇ ਕੀ ਪੜ੍ਹਾਉਣਾ ਹੈ। ਦੇਖੋ ਦੂਜੀ ਗੱਲ, ਜਿਹੜਾ 3-4 ਲੱਖ ਵਾਲੀ ਗੱਲ ਹੁੰਦੀ ਹੈ, ਜਦੋਂ ਕਈ ਵਾਰੀ ਲੈਣ ਜਾਂਦੇ ਕਈ ਬੱਚੇ, ਉਹ ਤੋਂ ਵੀ ਸਸਤਾ ਭਾਲਦੇ ਨੇ ਵੀ ਈਡੀਓ ਟਰੱਸਟ ਦੀ ਫੀਸ ਵੱਧ ਹੈ, ਉਹ ਪ੍ਰਾਈਵੇਟ ਵਾਲਾ ਸਸਤਾ ਮਿਲਦਾ, ਪ੍ਰਾਈਵੇਟ ਵਾਲਾ ਸਸਤਾ ਮਿਲਦਾ। ਜਦੋਂ ਸਕੂਲ ਪੜ੍ਹਨ ਜਾਣਾ ਹੈ ਤਾਂ ਆਪਾਂ ਵਧੀਆ ਦੇਖਣਾ, ਕਾਲਜ ਜਾਂ ਅਬਰੋਡ ਪੜ੍ਹਨ ਜਾਣਾ ਤਾਂ ਆਪਾਂ ਸਸਤਾ ਦੇਖਣਾ। ਇਹ ਚੀਜ਼ਾਂ ਜਿਹੜੀਆਂ ਗਲਤ ਨੇ। ਕੁਆਲਿਟੀ ਆਫ ਐਜੂਕੇਸ਼ਨ ਸਿੰਗਾਪੁਰ ਦੇ ਵਿੱਚ ਵੀ ਹੈ ਜੀ, ਬਹੁਤ ਵਧੀਆ ਕਾਲਜਿਸ ਨੇ, ਕਾਫੀ ਬੱਚੇ ਉੱਥੇ ਓਜੀਟੀ ਲੈ ਕੇ ਕੰਮ ਵੀ ਕਰ ਰਹੇ ਨੇ, ਕਾਫੀ ਫੀਡਬੈਕ ਵਧੀਆ ਵੀ ਹੈ ਉਹਨਾਂ ਦੀ। ਉਮੀਦ ਕਰਾਂਗੇ ਗੌਰਵ ਜੀ ਨਾਲ ਜਾ ਕੇ ਵੀ ਤੁਹਾਨੂੰ ਸਿੰਗਾਪੁਰ ਬੱਚਿਆਂ ਨਾਲ ਮਿਲਾਵਾਂਗੇ, ਤਾਂ ਕਿ ਤੁਹਾਡੇ ਤੱਕ ਸਹੀ ਜਿਹੜੀ ਕੁਐਰੀ ਉਹ ਪਹੁੰਚ ਸਕੇ। ਹੁਣ ਕੁਛ ਉਹ ਸਟੂਡੈਂਟ ਜਿਨ੍ਹਾਂ ਨੇ ਸੈਟਲਿੰਗ ਅਬਰੋਡ ਵੱਲੋਂ ਸਰਵਿਸਿਜ਼ ਲਈਆਂ, ਅਤੇ ਉਹਨਾਂ ਦਾ ਕੀ ਕਹਿਣਾ ਹੈ ਉਹਨਾਂ ਦੀ ਸਰਵਿਸਿਜ਼ ਬਾਰੇ, ਆਪਣਾ ਐਕਸਪੀਰੀਅੰਸ ਤੁਹਾਡੇ ਤੱਕ ਸ਼ੇਅਰ ਕਰਨਾ ਚਾਹੁੰਦੇ ਨੇ, ਮਿਲਦੇ ਹਾਂ ਕੁਛ ਸਟੂਡੈਂਟਸ ਨੂੰ। ਮੇਰੇ ਫਾਦਰ ਨੇ ਰਣਵੀਰ ਸਿੰਘ, ਇੱਕ ਸੈਟਲਿੰਗ ਹੋ ਗਈ ਵਿੱਚ ਅਸੀਂ ਵੀਜ਼ਾ ਲਗਵਾਇਆ ਸੀਗਾ, ਅਤੇ ਇਹਨਾਂ ਨੇ 20-25 ਦਿਨ ਦੇ ਵਿੱਚ ਸਾਡਾ ਵੀਜ਼ਾ ਆ ਗਿਆ, ਅਤੇ ਮੇਰੇ ਫਾਦਰ ਫੋਰਨ ਜਾ ਰਹੇ ਨੇ ਕੈਨੇਡਾ ਕੰਪਨੀ ਦੇ ਵਿੱਚ, ਅਤੇ ਅਸੀਂ ਇਹ ਕੰਪਨੀ ਦਾ ਬਹੁਤ ਧੰਨਵਾਦ ਕਰਦੇ ਹਾਂ, ਅਤੇ ਤੁਸੀਂ ਜ਼ਰੂਰ ਇਹ ਕੰਪਨੀ ਨੂੰ ਆ ਕੇ ਮਿਲੋ। ਮੇਰਾ ਨਾਮ ਮਨਵਰਪ੍ਰੀਤ ਸਿੰਘ ਹੈ, ਮੈਂ ਤਰਨ ਤਾਰਨ ਦਾ ਰਹਿਣ ਵਾਲਾ ਹਾਂ। ਮੈਂ ਸੈਟਲਿੰਗ ਅਬਰੋਡ ਸਰਵਿਸ ਤੋਂ ਆਪਣਾ ਸਿੰਗਾਪੁਰ ਦਾ ਵੀਜ਼ਾ ਅਪਲਾਈ ਕੀਤਾ ਸੀ, ਇਹਨਾਂ ਨੇ 15 ਦਿਨਾਂ ਦੇ ਵਿੱਚ ਮੇਰਾ ਵੀਜ਼ਾ ਲਗਵਾ ਦਿੱਤਾ ਹੈ। ਮੈਂ ਸਾਰਿਆਂ ਨੂੰ ਕਹਿੰਦਾ ਹਾਂ ਕਿ ਤੁਸੀਂ ਇੱਕ ਵਾਰ ਜ਼ਰੂਰ ਇਹਨਾਂ ਤੋਂ ਮਿਲੋ। ਨਾਮ ਨਿਸ਼ਨਪ੍ਰੀਤ ਹੈ, ਮੈਂ ਸੈਟਲਿੰਗ ਅਬਰੋਡ ਤੋਂ ਆਪਣਾ ਨਿਊਜ਼ੀਲੈਂਡ ਵੀਜ਼ਾ ਸਟੱਡੀ ਵੀਜ਼ਾ ਲਈ ਅਪਲਾਈ ਕੀਤਾ ਸੀਗਾ, ਅਤੇ 10 ਦਿਨਾਂ ਦੇ ਅੰਦਰ ਅੰਦਰ ਮੇਰਾ ਵੀਜ਼ਾ ਆ ਗਿਆ। ਸੋ ਤੁਹਾਨੂੰ ਮੈਂ ਇਹੀ ਸੁਜੈਸਟ ਕਰਨਾ ਚਾਹੁੰਦੀ ਹਾਂ ਕਿ ਜਿੰਨੇ ਵੀ ਜਿੱਦਾਂ ਕਿ ਸੁਪਨਾ ਬਾਹਰ ਜਾਂਦਾ ਕਿ ਆਪਣਾ ਵੀਜ਼ਾ ਲੈਣਾ ਚਾਹੁੰਦੇ ਆ, ਉਹ ਸੈਟਲਿੰਗ ਅਬਰੋਡ ਤੋਂ ਹੀ ਆਪਣਾ ਵੀਜ਼ਾ ਅਪਲਾਈ ਕਰਨ, ਇਹਨਾਂ ਦੀ ਸਰਵਿਸਿਜ਼ ਐਂਡ ਗਾਈਡੈਂਸ ਬਹੁਤ ਜ਼ਿਆਦਾ ਵਧੀਆ ਹੈ। ਥੈਂਕ ਯੂ। ਸਤਿ ਸ਼੍ਰੀ ਅਕਾਲ, ਮੈਂ ਜਸਲੀਨ ਸਿੰਘ, ਲੁਧਿਆਣੇ
ਤੇ ਮੈਂ ਇਹਨਾਂ ਸੈਟਲਿੰਗ ਅਬਰੋਡ ਸਰਵਿਸਿਸ ਤੋਂ ਆਪਣਾ ਵੀਜ਼ਾ ਅਪਲਾਈ ਕੀਤਾ ਸਿੰਗਾਪੁਰ ਵਾਸਤੇ ਤੇ ਮੇਰਾ ਵੀਜ਼ਾ ਵਿਦਇਨ 15 ਡੇਜ਼ ਦੇ ਵਿੱਚ ਆ ਗਿਆ ਤੇ ਮੈਂ ਇੱਕ ਵਾਰੀ ਸਾਰਿਆਂ ਨੂੰ ਸਲਾਹ ਦੇਣਾ ਚਾਹੁੰਦਾ ਕਿ ਇੱਕ ਵਾਰੀ ਆ ਕੇ ਇਹਨਾਂ ਕੋਲ ਟਰਾਈ ਜ਼ਰੂਰ ਕਰੋ ਥੈਂਕ ਯੂ ਮੇਰਾ ਨਾਮ ਗੁਰਵੀਰ ਸਿੰਘ ਹੈ ਮੈਂ ਤਰਨ ਤਾਰਨ ਦਾ ਰਹਿਣ ਵਾਲਾ ਹਾਂ ਮੈਂ ਸਟੈਲਿੰਗ ਅਬਰੋਡ ਸਰਵਿਸ ਤੋਂ ਆਪਣਾ ਸਿੰਗਾਪੁਰ ਦਾ ਵੀਜ਼ਾ ਲਗਵਾਇਆ ਸੀ ਇਹਨਾਂ ਨੇ 10-15 ਦਿਨਾਂ ਦੇ ਅੰਦਰ ਮੇਰਾ ਵੀਜ਼ਾ ਲਗਵਾ ਦਿੱਤਾ ਹੈ ਇਹਨਾਂ ਦੀ ਸਰਵਿਸ ਤੋਂ ਮੈਂ ਬਹੁਤ ਸੰਤੁਸ਼ਟ ਹਾਂ ਅਤੇ ਇਹ ਮੇਰਾ ਸੋ ਇਹ ਸੀ ਜੀ ਕੁਛ ਸਟੂਡੈਂਟ ਜਿਨ੍ਹਾਂ ਨੇ ਸੈਟਿੰਗ ਅਬਰੋਡ ਵੱਲੋਂ ਸਰਵਿਸਿਜ਼ ਲੈ ਕੇ ਆਪਣਾ ਐਕਸਪੀਰੀਅੰਸ ਤੁਹਾਡੇ ਤੱਕ ਸ਼ੇਅਰ ਕੀਤਾ ਤੁਸੀਂ ਵੀ ਕੋਈ ਇਹਨਾਂ ਵੱਲੋਂ ਸਰਵਿਸਿਜ਼ ਕਾਉਂਸਲਿੰਗ ਦੇ ਰੂਪ ਵਿੱਚ ਲੈਣਾ ਚਾਹੁੰਦੇ ਹੋ ਨੰਬਰ ਚੱਲ ਰਹੇ ਨੇ ਕਾਲ ਕਰਕੇ ਮੈਸੇਜ ਕਰਕੇ ਆਪਣਾ ਰਾਬਤਾ ਜਿਹੜਾ ਉਹ ਕਾਇਮ ਕੀਤਾ ਜਾ ਸਕਦਾ ਜਿੰਨਾ ਕੁ ਸਮਾਂ ਸ਼ੋਅ ਦਾ ਸੀ ਉਹਦੇ ਵਿੱਚ ਰਹਿ ਕੇ ਕੋਸ਼ਿਸ਼ ਕੀਤੀ ਗਈ ਹੈ ਵੱਧ ਤੋਂ ਵੱਧ ਸਵਾਲ ਸ਼ੇਅਰ ਕਰਨ ਦੀ ਸਮਾਂ ਨਹੀਂ ਅਲਾਓ ਕਰ ਰਿਹਾ ਫਿਰ ਵੀ ਸਵਾਲ ਕੋਈ ਮਨ ਦੇ ਵਿੱਚ ਰਹਿ ਗਿਆ ਹੋਵੇ ਜਿਹੜਾ ਅਸੀਂ USA ਬਾਰੇ ਨਿਊਜ਼ੀਲੈਂਡ ਬਾਰੇ ਜਾਂ ਸਿੰਗਾਪੁਰ ਬਾਰੇ ਨਹੀਂ ਸਾਂਝਾ ਕਰ ਪਾਏ ਤੁਸੀਂ ਡਾਇਰੈਕਟ ਵੀ ਰਾਬਤਾ ਕਾਇਮ ਕਰ ਸਕਦੇ ਹੋ ਗੌਰਵ ਜੀ ਨਾਲ ਉਹਨਾਂ ਦੀ ਟੀਮ ਦੇ ਨਾਲ ਸੋ ਗੌਰਵ ਜੀ ਇਹਦੇ ਸ਼ੋਅ ਵਿੱਚ ਆਉਣ ਲਈ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਅਸ਼ਕੋ ਧੰਨਵਾਦ ਸਾਰੇ ਦਰਸ਼ਕਾਂ ਦਾ ਟੈਕਨੀਕਲ ਟੀਮ ਦਾ ਜਿਨ੍ਹਾਂ ਸਦਕਾ ਸ਼ੋਅ ਤੁਹਾਡੇ ਤੱਕ ਪਹੁੰਚ ਰਿਹਾ ਹੈ ਅੱਜ ਦੇ ਸ਼ੋਅ ਨੂੰ ਇੱਥੇ ਖਤਮ ਕਰਦੇ ਹਾਂ ਆਪਣੇ ਦੋਸਤਾਂ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ